ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕਰ ਅੱਜ 16 ਅਕਤੂਬਰ ਹੈ ਦਿਨ ਸੋਮਵਾਰ ਹੈ ਨਾਨਕ ਸ਼ਾਹੀ ਸੰਮਤ 555 ਦੇ ਮੁਤਾਬਿਕ ਅੱਜ ਅੱਸੂ ਮਹੀਨੇ ਦਾ ਆਖਰੀ ਦਿਨ ਹੈ 30 ਅੱਸੂ ਹੈ ਕੱਲੋਂ ਨਵਾਂ ਦੇਸੀ ਮਹੀਨਾ ਚੜ੍ਹ ਜਾਊਗਾ ਖਬਰਾਂ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਪੰਜਾਬ ਸਮੇਤ ਚੰਡੀਗੜ੍ਹ ਦੇ ਵਿੱਚ ਪਏ ਮੀਂਹ ਨਾਲ ਮੌਸਮ ਦੇ ਵਿੱਚ ਠੰਡਕ ਪੈਦਾ ਹੋ ਗਈ ਹੈ ਹਾਲਾਂਕਿ ਖੇਤਾਂ ਵਿੱਚ ਖੜੀਆਂ ਝੋਨੇ ਤੇ ਨਰਮੇ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਅੱਜ ਤੇ ਕੱਲ ਫੇਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਮੰਡੀਆਂ ਦੇ ਵਿੱਚ ਜਿਹੜਾ ਝੋਨਾ ਪਹੁੰਚਿਆ ਹੋਇਆ ਸੀ ਉਹ ਵੀ ਭਿੱਜ ਗਿਆ ਹੈ ਅਗਲੇ 2 ਦਿਨਾਂ ਦੇ ਵਿੱਚ ਪੰਜਾਬ ਹੀ ਨਹੀਂ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕੱਲ ਤੜਕੇ ਚੰਡੀਗੜ੍ਹ ਤੋਂ ਇਲਾਵਾ ਮਾਝੇ ਤੇ ਦੁਆਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ ਨੇ ਤੇ ਅੱਜ ਤੜਕੇ-ਤੜਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਮਾਨਸਾ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਸਰ ਸਾਹਿਬ, ਫਰੀਦਕੋਟ, ਤਰਨਤਾਰਨ, ਮੋਗਾ, ਫਿਰੋਜ਼ਪੁਰ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ। ਇਪੋ ਵਿਖਵਾਣੀ ਤੜਕੇ 4 ਵਜੇ ਆਈ ਇਸ ਦੇ ਨਾਲ ਹੀ ਹਰਿਆਣਾ ਦੇ ਵਿੱਚ ਵੀ ਸਿਰਸਾ ਹਿਸਾਰ ਤੇ ਫਤਿਹਪੁਰਬਾਦ ਦੇ ਵਿੱਚ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਅੱਜ ਤੱਕ ਪੂਰੇ ਪੰਜਾਬ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪਰ ਕੱਲ 17 ਅਕਤੂਬਰ ਨੂੰ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕਾ ਜਾਂ ਫਿਰ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਤੇ ਕੱਲ ਤੋਂ ਬਾਅਦ ਪੰਜਾਬ ਸਣੇ ਚੰਡੀਗੜ੍ਹ ਹਰਿਆਣਾ ਦੇ ਵਿੱਚ ਤਾਪਮਾਨ ਦੇ ਵਿੱਚ 2 ਤੋਂ ਲੈ ਕੇ 3 ਡਿਗਰੀ ਦੀ ਗਿਰਾਵਟ ਆਵੇਗੀ ਮੌਸਮ ਤੋਂ ਬਾਅਦ ਅੱਜ ਦੇ ਇਤਿਹਾਸ ਤੇ ਨਜ਼ਰ ਮਾਰ ਲੈਂਦੇ ਹਾਂ ਅੱਜ ਦੁਨੀਆ ਦੇ ਪਹਿਲੇ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ 353ਵਾਂ ਜਨਮ ਦਿਹਾੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਪੰਜਾਬ ਦੇ ਵਿੱਚ ਅਜਿਹਾ ਸਿੱਖ ਰਾਜ ਕਾਇਮ ਕੀਤਾ ਸੀ ਜਿਸ ਵਿੱਚ ਹਰ ਧਰਮ ਦੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਸਨ ਅਮੀਰ ਤੇ ਗਰੀਬ ਦਾ ਕੋਈ ਪਾੜਾ ਨਹੀਂ ਸੀ ਹਰ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਨੂੰ ਆਜ਼ਾਦੀ ਨਾਲ ਮੰਨਣ ਦੀ ਪੂਰੀ ਖੁੱਲ ਸੀ। ਬਾਬਾ ਬੰਦਾ ਸਿੰਘ ਬਹਾਦਰ ਉਹ ਬਾਦਸ਼ਾਹ ਹੋਏ ਨੇ ਪੰਜਾਬ ਦੇ ਜਿਨ੍ਹਾਂ ਨੇ ਜ਼ਿਮੀਦਾਰੀ ਪ੍ਰਥਾ ਨੂੰ ਖਤਮ ਕਰਕੇ ਕاشتਕਾਰਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਸਨ। ਇਸੇ ਕਰਕੇ ਅੱਜ ਵੀ ਕਿਸਾਨ ਧਿਰਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਯੋਗਦਾਨ ਨੂੰ ਯਾਦ ਕਰਦੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਵਧਾਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੇਸ਼ ਦੇ ਪਹਿਲੇ ਅਗਨੀਵੀਰ ਸ਼ਹੀਦ ਅਮਰਿਤਪਾਲ ਸਿੰਘ ਦੇ ਘਰੇ ਜਾਣਗੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰਨਗੇ ਅਤੇ 1 ਕਰੋੜ ਦੀ ਸਨਮਾਨ ਰਾਸ਼ੀ ਦਾ ਚੈੱਕ ਵੀ ਪੀੜਤ ਪਰਿਵਾਰ ਨੂੰ ਸੌਂਪਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਉਹ ਪਿੰਡ ਛਾਜਲੀ ਦੇ ਪਿਛਲੇ ਦਿਨੀ ਸ਼ਹੀਦ ਹੋਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਮਿਲਣਗੇ ਤੇ ਉਸ ਤੋਂ ਬਾਅਦ ਮਾਨਸਾ ਦੇ ਪਿੰਡ ਖੀਵਾ ਕਲਾਂ ਜਾਣਗੇ ਕਲ ਨੂੰ ਮੈਂ ਜਾਊਂਗਾ ਪਹਿਲਾ ਪਹਿਲਾ ਮੈਂ ਉਹ ਛਾਜਲੀ ਦਾ ਮੁੰਡਾ ਜਿਹੜਾ ਸੰਗਰੂਰ ਜਲੇ ਦਾ ਸ਼ਹੀਦ ਹੋਇਆ ਉਹਦੇ ਘਰੇ ਜਾਊਂਗਾ ਫਿਰ ਉਸ ਤੋਂ ਅਮਰਿਤਪਾਲ ਦੇ ਘਰੇ ਜਾਊਂਗਾ ਅਸੀ ਕਰੋੜ ਕਰੋੜ ਰੁਪਏ ਦੇ ਚੈੱਕ ਸਾਡੇ ਤਿਆਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਤੇ ਫੇਰ ਇੱਕ ਵਾਰੀ ਸਖਤ ਇਤਰਾਜ਼ ਜਤਾਇਆ ਹੈ ਕਿ ਭਾਰਤੀ ਫੌਜ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ ਉਹਨਾਂ ਕਹਿਆ ਕਿ ਸਾਡੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਅਗਨੀਵੀਰ ਪ੍ਰਕਿਰਿਆ ਦਾ ਵਿਰੋਧ ਕੀਤਾ ਸੀ ਉਸ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਹ ਖੇਤੀ ਹੀ ਦੇਸ਼ ਦੇ ਰੱਖਿਆ ਮੰਤਰੀ ਨੂੰ ਮਿਲਣਗੇ ਅਤੇ ਇਸ ਨੀਤੀ ਨੂੰ ਬਦਲਣ ਦੀ ਮੰਗ ਕਰਨਗੇ ਕਿ ਅਗਨੀਵੀਰ ਦੇ ਜਿਹੜੇ ਸ਼ਹੀਦ ਫੌਜੀ ਨੇ ਉਹਨਾਂ ਨੂੰ ਵੀ ਦੂਜੇ ਫੌਜੀਆ ਵਾਂਗੂ ਹੀ ਮਾਨ ਸਨਮਾਨ ਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਤੁਸੀਂ ਮੈਨੂੰ ਕਿਹਨੂੰ ਕੋਦ ਮਿਲੂਗਾ ਮੈਂ ਪਹਿਲਾਂ ਵੀ ਇਹ ਗੱਲ ਦਾ ਵਿਰੋਧ ਕਰਦਾ ਰਿਹਾ ਕਿ ਤੁਸੀਂ ਇਹ ਨਾ ਕਰੋ ਫੌਜ ਦੇ ਵਿੱਚ ਜਾਣਾ ਤਾਂ ਤੁਸੀਂ ਕਹੇ ਚਾਰ ਸਾਲ ਲਈ ਆ ਜਾਓ ਹਾਂਜੀ ਤਾਂ 22 22 ਸਾਲ ਦੇ ਹੋ ਕੇ ਆ ਜਾਣਗੇ ਨਾ ਰਿਟਾਇਰਾਂ ਚ ਨਾ ਨਾ ਜਿਹੜੇ ਰੂਟੀਨ ਵਾਲਿਆਂ ਚ ਨਾ ਪੈਨਸ਼ਨ ਮਿਲ ਰਹੀ ਹੈ 22 ਸਾਲ ਦੇ ਆ ਕੇ ਕੀ ਕਰਨਗੇ ਉਹ ਸੋ ਇਹ ਨੀਤੀ ਬਦਲਣੀ ਚਾਹੀਦੀ ਹੈ ਫੌਜ ਦੇ ਵਿੱਚ ਜੋ ਜਵਾਨ ਦੀ ਸ਼ਹੀਦੀ ਹੋਈ ਹੈ ਉਹਨੂੰ ਸ਼ਹੀਦੀ ਦਾ ਦਰਜਾ ਪਲੱਸ ਉਦਾਂ ਜੋ ਅੰਤਮ ਸਿਸਕਾਰ ਦਾ ਮਹਾਨ ਸਰਮਾਨ ਬਿਲਣਾ ਚਾਹੀਦਾ ਤੇ ਪੰਜਾਬ ਸਰਕਾਰ ਦੇ ਵੱਲੋਂ ਪੀੜਿਤ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਅਮਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਤਾਂ ਆਪਣੇ ਪੁੱਤ ਨੂੰ ਫੌਜ 'ਚ ਭਰਤੀ ਕਰਵਾ ਕੇ ਦੇਸ਼ ਨੂੰ ਸੌਂਪ ਦਿੱਤਾ ਸੀ ਜਦੋਂ ਫੌਜ ਦੀ ਉਹਨੇ ਵਰਦੀ ਹੀ ਪਾ ਲਈ ਤਾਂ ਫੌਜ ਦਾ ਹੀ ਪੁੱਤਰ ਹੋ ਗਿਆ ਸੀ ਪਰ ਹੁਣ ਫੌਜ ਉਹਨੂੰ ਸ਼ਹੀਦ ਨਾ ਮੰਨਣ ਦੀ ਜੋ ਗੱਲ ਕਹਿ ਰਹੀ ਹੈ ਉਸ ਦੇ ਨਾਲ ਕਹਿੰਦੇ ਸਾਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਨੂੰ ਸ਼ਹੀਦ ਮੰਨਿਆ ਹੈ ਇਸ ਕਰਕੇ ਉਹ ਤੈ ਦਿਲ ਤੋਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਨੇ ਸਰਕਾਰ ਉਹਨੂੰ ਪੂਰੇ ਦੇ ਨੇ ਸੀ ਉਹਨਾਂ ਦਾ ਬੱਚਾ ਸੀ ਚੈਟ ਸੌਟ ਹੋ ਗਿਆ ਚਾਹੇ ਕੁਝ ਹੋ ਗਿਆ ਮੇਰਾ ਬੱਚਾ ਸੀਰ ਹੋਇਆ ਮੈਂ ਤਾਂ ਸੀਰ ਮਨ ਦਾ ਨਾਮ ਇਹਨੂੰ ਅਨਪੜ੍ਹੇ ਸੀ ਬੰਦੇ ਆ ਨਾ ਸਾਨੂੰ ਐ ਪਤਾ ਵੀ ਆ ਗਰੀ ਵੀਰ ਕੀ ਆ ਜਾਂ ਫਲਾਨੀ ਗਏ ਅਸੀਂ ਤਾਂ ਫੌਜ ਦੇ ਤੌਰ ਤੇ ਆਪਦਾ ਮੈਂ ਬੱਚਾ ਤੋੜਿਆ ਵੀ ਮੈਂ ਵੀ ਬੜਿਆ ਨਹੀਂ ਹੈਗਾ ਵੀ ਮੈਂ ਤਾਂ ਆਪਦਾ ਪੁੱਤ ਫੌਜੀ ਗਾਸਤਾ ਮੈਂ ਤਾਂ ਇਹ ਕਹਾ ਕੇ ਵੀ ਮੇਰਾ ਪੁੱਤ ਫੌਜੀ ਸੰਧ ਤੇ ਦੇਸ਼ ਦੀ ਸੇਵਾ ਕਰਨ ਗਿਆ ਹੋਇਆ ਹੈ ਬਹੁਤ ਵਧੀਆ ਗੱਲ ਆਈ ਜਦ ਸੋਚਿਆ ਉਹਨੇ ਆਪਣੇ ਪੰਜਾਬ ਬਾਰੇ ਚਲ ਮੇਰੇ ਬਾਰੇ ਸੋਚਿਆ ਮੇਰਾ ਬਰਾਪੇ ਬਾਰੇ ਸੋਚਿਆ ਪਰ ਵੀ ਚਲ ਉਹਦੇ ਨਾਲ ਮੇਰਾ ਬਰਾਪਾ ਨਿਕਲ ਜੂ ਅਮਰਿਤਪਾਲ ਸਿੰਘ ਦੇ ਚਾਚਾ ਸੁਖਜੀਤ ਸਿੰਘ ਨੇ ਹਾਲਾਂਕਿ ਪੰਜਾਬ ਸਰਕਾਰ ਕੋਲ ਇਹ ਵੀ ਮੰਗ ਰੱਖੀ ਹੈ ਕਿ ਆਰਥਿਕ ਮਦਦ ਦੇ ਨਾਲ ਨਾਲ ਦੂਸਰੇ ਸ਼ਹੀਦ ਫੌਜੀਆ ਵਾਂਗੂ ਅਮਰਿਤਪਾਲ ਸਿੰਘ ਦੇ ਵੀ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਦਾ ਜੀ ਸਾਡੇ ਬਾਰੇ ਉਹਨਾਂ ਨੇ ਬਹੁਤ ਉਹ ਕਰਿਆ ਜੀ ਸ਼ਹੀਦ ਮੰਨਿਆ ਜੀ ਪ੍ਰਮਤ ਮਾਨ ਸਿੰਘ ਜੀ ਦਾ ਜੀ ਧੰਨਵਾਦ ਕਰਦੇ ਹਾਂ ਸਰਕਾਰ ਦਾ ਤੇ ਗਾਂਹਵਾਤ ਵੀ ਸੈਂਟਰ ਸਰਕਾਰ ਆ ਜੀ ਸਾਨੂੰ ਉਸ ਸ਼ਹੀਦ ਮੰਨਣ ਅੱਜ ਬੱਚੇ ਨੂੰ ਕੱਲ ਦਾ ਕੋਈ ਆਪਸ਼ਨ ਨਾ ਚੱਕਣ ਜੀ ਮੈਂ ਇਹੀ ਬੇਨਤੀ ਕਰਦਾ ਸਰਕਾਰ ਮੁਰੇ ਜੀ ਮਰਪਾਲਾ ਚਾਚਾ ਜੀ ਹੈ ਕਿ ਮੇਰਾ ਸਗਾ ਪੁੱਤ ਵੱਧੂ ਹੋਈ ਸੀ ਜੀ ਤੇ ਭਾਈ ਨੂੰ ਬੰਦ ਸੀ ਮੇਰੀ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਕੋਈ ਕਸਰ ਨਹੀਂ ਛੱਡੇਗੀ ਭਾਵੇਂ ਉਹ ਅਗਨੀਵੀਰ ਦੇ ਸ਼ਹੀਦ ਕਿਉਂ ਨਾ ਹੋਣ ਰਾਗਵ ਚੱਡਾ ਨੇ ਵੀ 1 ਕਰੋੜ ਦੀ ਨਗਦ ਰਕਮ ਦਾ ਐਲਾਨ ਤਾਂ ਕੀਤਾ ਹੈ ਪਰ ਸਰਕਾਰੀ ਨੌਕਰੀ ਬਾਰੇ ਉਹਨਾਂ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਅੱਜ ਆਮ ਆਦਮੀ ਪਾਰਟੀ ਕੀ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਜੀ ਕੋ ਪੰਜਾਬ ਸਰਕਾਰ एक करोड़ रुपए की सम्मान राशि उनके परिवार वालों को सहायता राशि देगी उन्हें शहीद का दर्जा देगी और इसी के साथ साथ इस शोक की घड़ी में उनके परिवार के साथ कंधे से कंधा मिलाकर खड़ी होगी अमृतपाल सिंह 19 साल की उम्र जम्मू कश्मीर के पुंछ शहीदी पा गया जो पूरे देश के दे मामला उठाया ਕਿ ਅਮਰਿਤਪਾਲ ਸਿੰਘ ਨੂੰ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਨਹੀਂ ਦਿੱਤੀ ਗਈ ਤਾਂ ਪੰਜਾਬ ਸਮੇਤ ਪੂਰੇ ਦੇਸ਼ ਦੇ ਲੀਡਰਾਂ ਨੇ ਵਿਰੋਧੀ ਧਿਰ ਦੇ ਲੀਡਰਾਂ ਨੇ ਇਸ ਦਾ ਵਿਰੋਧ ਕੀਤਾ ਸੀ ਫਿਰ ਫੌਜ ਦਾ ਬਿਆਨ ਆਇਆ ਸੀ ਕਿ ਅਮਰਿਤਪਾਲ ਸਿੰਘ ਆਪਣੀ ਗੋਲੀ ਲੱਗਣ ਕਾਰਨ ਜਾਨ ਗਵਾ ਬੈਠਿਆ ਇਸ ਕਰਕੇ ਫੌਜ ਦੀਆਂ ਨੀਤੀਆਂ ਦੇ ਮੁਤਾਬਿਕ ਉਸ ਨੂੰ ਗੋਡ ਆਫ ਆਨਰ ਨਹੀਂ ਦਿੱਤਾ ਜਾ ਸਕਦਾ ਪੰਜਾਬ ਦੇ ਵਿਰੋਧੀ ਲੀਡਰਾਂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਮਾਨ ਸਰਕਾਰ ਨੂੰ ਵੀ ਤਿੱਖੇ ਰੂਪ ਦੇ ਵਿੱਚ ਘੇਰਿਆ ਸੀ ਪਰ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਕਰੋੜ ਦੀ ਜਿਹੜੀ ਐਕਸ ਗ੍ਰੇਸ਼ੀਆ ਗ੍ਰਾਂਟ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਕਿਸੇ ਵੀ ਵਿਰੋਧੀ ਧਿਰ ਦੇ ਲੀਡਰ ਨੇ ਇਸ ਗੱਲ ਦੀ ਛਲਾਗਾ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫੇਰ ਵਿਰੋਧੀ ਧਿਰ ਦੇ ਲੀਡਰਾਂ ਨੂੰ 1 ਨਵੰਬਰ ਵਾਲੀ ਬਹਿਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਤਾ ਹਰ ਹਾਲਤ ਦੇ ਵਿੱਚ 1 ਨਵੰਬਰ ਨੂੰ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਆਡੀਟੋਰੀਅਮ ਦੇ ਵਿੱਚ ਪਹੁੰਚਾਂਗਾ ਸਾਰਿਆਂ ਦੀਆਂ ਕੁਰਸੀਆਂ ਵੀ ਲਾਈਆਂ ਜਾਣਗੀਆਂ ਖੁੱਲੀ ਬਹਿਸ ਦਾ ਇੱਕ ਵਾਰੀ ਫੇਰ ਤੋਂ ਸੱਦਾ ਦਿੰਦਾ ਹਾਂ ਪਰ ਉਹਨਾਂ ਨੇ ਕਿਹਾ ਕਿ ਆਪਣੇ ਗੁਨਾਹਾਂ ਤੋਂ ਪਰਦਾ ਚੁੱਕੇ ਜਾਣ ਦੇ ਡਰੋਂ ਵਿਰੋਧੀ ਧਿਰ ਦੇ ਲੀਡਰ ਖੁੱਲੀ ਬਹਿਸ ਤੋਂ ਭੱਜ ਰਹੇ ਨੇ ਇਹਨਾਂ ਸਾਰਿਆਂ ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਲੋਕਾਂ ਨਾਲ ਗੰਢ ਤੁਪਸੀ ਇਸੇ ਕਰਕੇ ਬਹਿਸ ਵਿੱਚ ਆਉਣ ਤੋਂ ਇਹ ਪਾਸਾ ਵਾਟ ਰਹੇ ਨੇ ਇਹਨਾਂ ਲੀਡਰਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਗਦਾਰੀ ਕੀਤੀ ਤੇ ਲੋਕ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਕਹਿੰਦੇ ਇਹ ਲੀਡਰ ਸੱਚ ਦਾ ਸਾਹਮਣਾ ਕਰਨ ਤੋਂ ਡਰਦੇ ਨੇ ਬਹਿਸ ਵਿੱਚ ਨਾ ਆਉਣ ਦੇ ਲਈ ਇੱਕ ਤੋਂ ਬਾਅਦ ਇੱਕ ਬਹਾਨਾ ਘੜ ਰਹੇ ਨੇ ਹੁਣ ਮੈਂ ਉਹਨਾਂ ਨੂੰ ਕਿਹਾ ਰੋਜ਼ ਕੁਝ ਨਾ ਕੁਝ ਅੱਜ 1 ਨਵੰਬਰ ਪੰਜਾਬ ਡੇ ਐ ਕੱਲੇ ਐਸਵਾਈਐਲ ਤੇ ਨਹੀਂ ਮੈਂ ਸਾਰੇ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨੀ ਚਾਹੁੰਨਾ 1 ਨਵੰਬਰ 1966 ਨੂੰ ਪੰਜਾਬ ਬਣਿਆ ਸੀ ਉਦੋਂ ਤੋਂ ਲੈ ਕੇ ਕਿੱਥੇ ਕਿੱਥੇ ਕਿਸਾਨੀ ਕਿਵੇਂ ਖਤਮ ਹੋਈ ਲਾਹੇਵੰਦੰ ਦਾ ਘਾਟੇ ਦਾ ਸੌਦਾ ਕਿਵੇਂ ਬਣਿਆ ਕਿੱਥੇ ਕਿੱਥੇ ਸਾਡਾ ਪਾਣੀ ਲੁੱਟਿਆ ਗਿਆ ਕਿਵੇਂ ਕਿਵੇਂ ਸਾਡਾ ਡਰੱਗ ਵਾਲਾ ਜਿਹੜਾ ਨੈਕਸਸ ਉਹ ਵਧਿਆ ਕਿਵੇਂ ਸਾਡੀ ट्रांजਿਟ ਸਟੇਟ ਸੀ ਜਿਹੜੀ ਡਰੱਗ ਦੀ ਉਹ ਕੰਜ਼ਿਊਮਿੰਗ ਸਟੇਟ ਬਣ ਗਈ ਕਿਵੇਂ ਕਿਵੇਂ ਸਾਡਾ ਵਪਾਰ ਇੱਥੋਂ ਬਾਹਰਲੇ ਸੂਬਿਆਂ ਨੂੰ ਗਿਆ ਕਿਵੇਂ ਸਾਡੇ ਨੌਜਵਾਨ ਮੁੰਡੇ ਬ੍ਰੇਨ ਡレイン ਹੋਣ ਹੋਇਆ ਜਿਹੜਾ ਬਾਹਰਲੇ ਮੁਲਕਾਂ ਨੂੰ ਭੱਜਣ ਲੱਗੇ ਵੀ ਅਸੀਂ ਸਾਰੇ ਮੁੱਦੇ ਅੱਤੇ ਡਿਬੇਟ ਕਰਾਂਗੇ ਕੋਈ ਉੱਥੇ ਵੋਟਾਂ ਮੰਗਣ ਨਹੀਂ ਜਾ ਰਹੇ ਜਾਂ ਇੱਕ ਦੂਜੇ ਨੂੰ ਹਰਾਉਣ ਨਹੀਂ ਜਾ ਰਹੇ ਤੁਸੀਂ ਆਪਣਾ ਪੱਕਾ ਰੱਖਦੇ ਹੋ ਕਿਉਂਕਿ ਤੁਸੀਂ ਉਹ ਰਾਜ ਕੀਤਾ ਇੱਥੇ ਸਵਾ ਸਾਲ ਡੇਢ ਸਾਲ ਹੋਇਆ ਵੀ ਆਜੋ ਉੱਥੇ ਬਹਿ ਜਾਂਦੇ ਆ ਨਾ ਬਹਨੇ ਲਾਈ ਜਾਂਦੇ ਹਾਂ ਅਸੀਂ ਤਾਂ ਉਦੋਂ ਉੱਥੇ ਜਾਵਾਂਗੇ ਅਗਲੇ ਦਿਨ ਚੱਲ ਜਿਓ ਉੱਥੇ ਕਿਉਂਕਿ ਚੋਰ ਦੇ ਦਿਲ ਚ ਪਾਲਾ ਹੁੰਦਾ ਪਿੰਡ ਚ ਪੁਲਿਸ ਭਾਵੇਂ ਕਿਸੇ ਹੋਰ ਦੇ ਆਈ ਹੋਵੇ ਜਿਹੜਾ ਚੋਰ ਹੁੰਦਾ ਨਾ ਉਹ ਐਵੇਂ ਨਗੌਂਡੀਆਂ ਦੇ ਘਰੇ ਛਾਲ ਮਾਰਦਾ ਕਹਿੰਦੇ ਉੱਥੋਂ ਦੀ ਮਮੀ ਮੈਨੂੰ ਪੈਗੀ ਹੋਣੀ ਪੁਲਿਸ ਆਹਾ ਡਰਿਆ ਉਹਨਾਂ ਨੂੰ ਕਿਉਂਕਿ ਮੈਨੂੰ ਮੂਝਵਾਨੀ ਜਿਆਦਾ ਸਾਰਾ ਕੁਛ ਕਿ ਕਿੱਥੇ ਕਿੱਥੇ ਕਦੋਂ ਕਦੋਂ ਪੰਜਾਬ ਲੁੱਟਿਆ ਨਹੀਂ ਹੁੰਦੇ ਨਾ ਹਣ ਮੈਂ ਤਾਂ ਜਾਊਂਗਾ ਮੈਂ ਜਾਊ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ 1 ਨਵੰਬਰ ਦਾ ਸਾਰੇ ਲੀਡਰਾਂ ਦਾ ਮੈਨੂ ਵੀ ਦੱਸ ਦਿੱਤਾ ਕਹਿੰਦੇ ਕੁਰਸੀਆਂ ਵੀ ਢਾਕੇ ਰੱਖਾਂਗੇ ਸਾਰਿਆਂ ਦੇ ਨਾਮ ਵੀ ਲਿਖੇ ਜਾਣਗੇ ਕੁਰਸੀਆਂ ਤੇ ਤੇ ਹਰ ਲੀਡਰ ਦੀ ਪਸੰਦੀਦਾ ਖਾਣਾ ਵੀ ਖੁੱਲੀ ਬਹਿਸ ਦੇ ਪ੍ਰੋਗਰਾਮ ਦੇ ਵਿੱਚ ਦਿੱਤਾ ਜਾਊਗਾ ਤੇ ਖਾਣੇ ਦਾ ਮੈਨੂ ਦੱਸਦਿਆਂ ਉਹਨਾਂ ਨੇ ਸਾਰੇ ਲੀਡਰਾਂ ਤੇ ਕੱਲੇ-ਕੱਲੇ ਤੇ ਖਾਣੇ ਦੇ ਬਹਾਨੇ ਤੰਜ ਵੀ ਕੱਸ ਦਿੱਤਾ ਕੁਰਸੀਆਂ ਲਾਉਂ ਮੈਂ ਉਹਨਾਂ ਦੀਆਂ ਉਹਦੇ ਨਾਮ ਵੀ ਲਿਖਾਂਗਾ ਵੀ ਇੱਥੇ ਆ ਬੈਠੋ ਇੱਥੇ ਆ ਬੈਠੋ ਉਹਨਾਂ ਦੀ ਪਸੰਦ ਦਾ ਖਾਣਾ ਵੀ ਰੱਖਾਂਗੇ ਸੁਖਵੀਰ ਬਾਲ ਦੀ ਕੁਰਸੀ ਮੂਰੇ ਡਾਇਟ ਕੋਕ ਤੇ ਪੀਜ਼ਾ ਰੱਖ ਦਾਂਗੇ ਬਾਜਵੇ ਦੀ ਕੁਰਸੀ ਮੂਰੇ ਇੱਕ ਬਲੈਕ ਕਾਫੀ ਰੱਖ ਦਾਂਗੇ ਸੁਨੀਲ ਜਾਖੜ ਦੀ ਕੁਰਸੀ ਦੇ ਮੂਰੇ ਕਿਨੂਆਂ ਦਾ ਗਲਾਸ ਰੱਖ ਦਾਂਗੇ ਜੂਸ ਦਾ ਗਲਾਸ ਰੱਖ ਦਾਂਗੇ ਰਾਜੇ ਬੜਿੰਗ ਦੀ ਕੁਰਸੀ ਦੇ ਮੂਰੇ ਚਾਹ ਰੱਖ ਦਾਂਗੇ ਜੋ ਖਾਂਦੇ ਬੀਦੇ ਨੇ ਇਹ ਨਾ ਸਮਝਣਗੇ ਅਸੀਂ ਭੁੱਖੇ ਮਨਾਂਗੇ ਬਕਾਇਦਾ ਉਹਨਾਂ ਦੀ ਪਸੰਦ ਦਾ ਉੱਥੇ ਖਾਣਾ ਪੀਣਾ ਮਿਲੂਗਾ ਪਰ ਆਓ ਸਹੀ ਉੱਥੇ ਗੇਰਾ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੇਰ ਬਹਿਸ ਦੇ ਮੁੱਦੇ ਤੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਨਕਲੀ ਮੁੱਖ ਮੰਤਰੀ ਨਾਲ ਨਹੀਂ ਬਲਕਿ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਬਹਿਸ ਕਰਾਂਗੇ ਨਾਲ ਹੀ ਉਹਨਾਂ ਨੇ ਇਲਜ਼ਾਮ ਲਾਇਆ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਐਸਵਾਈਐਲ ਦਾ ਸਰਵੇ ਨਾ ਕਰਨ ਦੇਣ ਦੇ ਦਾਅਵੇ ਕਰ ਰਹੇ ਨੇ ਤੇ ਦੂਸਰੇ ਪਾਸੇ ਜਲ ਸਰੋਤ ਵਿਭਾਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਐਸਵਾਈਐਲ ਦਾ ਸਰਵੇ ਕਰਵਾਉਣ ਜਾ ਰਹੀ ਹੈ ਅੱਜ ਨਕਲੀ ਚ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਭਗਵੰਦ ਮਾਨ ਦਾ ਕਿ ਅਸੀਂ ਸਰਵੇ ਟੀਮਾਂ ਨੂੰ ਵੰਡ ਨਹੀਂ ਦੇਵਾਂਗੇ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਦੇ ਪੋਰਟਲ ਤੇ ਸਰਵੇ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ ਪੰਜਾਬ ਸਰਕਾਰ ਨੇ ਐਸਵਾਈਐਲ ਦਾ ਆਫੀਸ਼ਲ ਇਹਨਾਂ ਦੀ ਰਿਲੀਜ਼ ਹੈ ਤੇ ਕਹਿੰਦਾ ਕੀ ਸੀ ਮੈਂ ਵੰਡ ਹੀ ਦੂੰਗਾ ਕਿਉਂਕਿ ਉਤੋਂ ਡੰਡਾ ਚੜਿਆ ਇਹਨੂੰ ਹੁਣ ਇਹਨੂੰ ਪਤਾ ਹੈ ਕਿ ਮੈਂ ਮੇਰੇ ਛਿੱਤਰ ਪਹਿਣਗੇ ਪੰਜਾਬ ਦੀ ਜਨਤਾ ਤੋਂ ਤੋ ਜਾਣ ਕੇ ਬਿਆਨ ਕੁਝ ਦੇ ਗੋ ਅੰਦਰ ਕੰਮ ਕਰੀ ਹੋਰ ਕਰੀ ਜਾਂਦੇ ਸੱਡ ਡਿਬੇਟ ਤੇ ਜਾਉਂਗੇ ਕਿਹੜੀ ਡਿਬੇਟ ਨਹੀਂ ਜੀ ਉਹ ਕਹਿੰਦੇ ਸੀ ਕੁਰਸੀ ਖਾਲੀ ਰੱਖਾਂਗੇ ਸਾਡੇ ਖਾਲੀ ਕੁਰਸੀ ਤੇ ਪੁਤਲੇ ਬਿਠਾਵਾਂਗੇ ਫਿਰ ਇਹ ਗੱਲ ਹੈ ਉਹ ਨਕਲੀ ਨਕਲੀ ਬੰਦੇ ਨੂੰ ਅਸੀਂ ਜੇ ਕਰਾਂਗੇ ਤੇ ਅਸਲੀ ਨਾਲ ਅਸਲੀ ਮੁੱਖ ਮੰਤਰੀ ਨਾਲ ਇਹਦੇ ਪੱਲੇ ਕੀ ਹੈ ਆ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਦੂਸਰੀ ਪਾਸੇ ਪੰਜਾਬ ਸਰਕਾਰ ਨੇ ਵੀ ਤਾਜ਼ਾ ਪ੍ਰੈਸ ਬਿਆਨ ਜਾਰੀ ਕੀਤਾ ਹੈ ਕਿ ਜੋ ਸੋਸ਼ਲ ਮੀਡੀਆ ਤੇ ਜਲ ਸਰੋਤ ਵਿਭਾਗ ਦਾ 12 ਅਕਤੂਬਰ ਦਾ ਜਾਰੀ ਕੀਤਾ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ ਉਹ ਨਵੇਂ ਭਰਤੀ ਕੀਤੇ ਇੰਜੀਨੀਅਰਾਂ ਨੇ ਗਲਤੀ ਦੇ ਨਾਲ ਜਾਰੀ ਕਰ ਦਿੱਤਾ ਸਰਕਾਰ ਨੇ ਸਪਸ਼ਟ ਕੀਤਾ ਕਿ ਐਸਓਐਲ ਨਹਿਰ ਦਾ ਸਰਵੇ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਕਰਵਾਇਆ ਗਿਆ ਸੀ ਜੋ ਕਿ ਇੱਕ ਪ੍ਰਕਿਰਿਆ ਦਾ ਹਿੱਸਾ ਸੀ ਤੇ ਨਵੇਂ ਭਰਤੀ ਕੀਤੇ ਜਿਹੜੇ ਇੰਜੀਨੀਅਰ ਨੇ ਉਹ ਇਸ ਮੁੱਦੇ ਤੋਂ ਅਣਜਾਣ ਸਨ ਇਸ ਕਰਕੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਕੱਢ ਦਿੱਤਾ ਪਰ ਕੋਈ ਵੀ ਅਜਿਹਾ ਸਰਵੇ ਨਹੀਂ ਕਰਵਾਇਆ ਜਾ ਰਿਹਾ ਇਸਤੇ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਹੈ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਰਵੇ ਕਰਨਾ ਹੀ ਨਹੀਂ ਤਾਂ ਇਸ ਸਰਵੇ ਨੂੰ ਕਰਨ ਦੀ ਪੜਾਈ ਦੀਆਂ ਕਲਾਸਾਂ ਲਾਉਣ ਨੂੰ ਬੇਵਕੂਫਾਨਾ ਕਦਮ ਸਮਝੀਏ ਜਾਂ ਝੂਠ ਫਰੇਬ ਚਲਾਕੀ ਤੇ ਪੰਜਾਬ ਦੇ ਨਾਲ ਧੋਖੇਬਾਜ਼ੀ ਉਧਰ ਆਮ ਆਦਮੀ ਪਾਰਟੀ ਨੇ ਫੇਰ ਸੁਖਬੀਰ ਬਾਦਲ ਨੇ ਜਵਾਬ ਦਿੱਤਾ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪ੍ਰਧਾਨ ਸਾਹਿਬ ਮਾਨ ਸਾਹਿਬ ਨੇ ਪੰਜਾਬ ਨਹੀਂ ਬਲਕਿ ਤੁਹਾਡਾ ਸਿਆਸੀ ਕਾਰੋਬਾਰ ਤਬਾਹ ਕੀਤਾ ਹੈ ਦਰਅਸਲ ਸੁਖਬੀਰ ਬਾਦਲ ਨੇ ਇਹੀ ਕਿਹਾ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਕਹਿੰਦੇ ਆਕਾਲੀ ਦਲ ਦੇ ਇਤਿਹਾਸ ਚ ਪਹਿਲੀ ਵਾਰੀ ਆਕਾਲੀ ਦਲ ਸੁੰਗੜ ਕੇ ਮੈਸ 3 ਸੀਟਾਂ ਤੇ ਆ ਗਿਆ ਅੰਦਰ ਕੁਝ ਕਹਿਣਾ ਤੇ ਬਾਹਰ ਆ ਕੇ ਕੁਝ ਹੋਰ ਰੀਤ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਹਮੇਸ਼ਾ ਰਹੀ ਹੈ ਕਹਿੰਦੇ ਪਹਿਲਾਂ ਤੁਸੀਂ ਤਾਊ ਦੇਵੀ ਲਾਲ ਨੂੰ ਖੁਸ਼ ਕਰਨ ਲਈ ਐਸ.ਵੀ.ਐਲ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਬਾਅਦ ਵਿੱਚ ਬਠੜਲ ਖੋਂਦੇ ਵੇਖੇ ਗਏ ਕਾਂਗਰਸ ਸੁਖਵੀਰ ਬਾਦਲ ਨੂੰ ਸੁਨੇਹਾ ਭੇਜਿਆ ਕਿ ਪਹਿਲੀ ਵਾਰੀ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਖੁੱਲੀ ਬਹਿਸ ਲਈ ਸੱਦਿਆ ਹੁਣ ਭੱਜੋ ਨਾ ਚੈਲੰਜ ਸਵੀਕਾਰ ਕਰੋ ਤੁਹਾਡੇ ਲਈ ਡਾਈਟ ਕੋਕ ਤੇ ਪੀਜ਼ਾ ਦਾ ਪ੍ਰਬੰਧ ਜ਼ਰੂਰ ਕੀਤਾ ਜਾਏਗਾ ਸੋ ਐਸਵਾਈਐਲ ਦੇ ਮੁੱਦੇ ਤੇ ਰੋਜ਼ਾਨਾ ਕੋਈ ਨਾ ਕੋਈ ਬਿਆਨਬਾਜ਼ੀ ਸਿਆਸੀ ਧਿਰਾਂ ਦੇ ਵੱਲੋਂ ਆਉਂਦੀ ਰਹਿੰਦੀ ਹੈ ਪੰਜਾਬ ਦੇ ਮੁੱਖ ਮੰਤਰੀ 1 ਨਵੰਬਰ ਨੂੰ ਬਹਿਸ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਨੇ ਪਰ ਵਿਰੋਧੀ ਪਾਰਟੀਆਂ ਨੇ ਜੜੀਆਂ ਉਹ ਇੱਥੇ ਪਹੁੰਚਣ ਤੋਂ ਅਨਾਕਾਨੀ ਕਰ ਰਹੀਆਂ ਨੇ ਜੋ ਕਿ ਨਹੀਂ ਹੋਣੀ ਚਾਹੀਦੀ ਕਿਉਂਕਿ ਵਿਰੋਧੀ ਤਰ੍ਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਦਿਆਂ ਨੇ ਤੇ ਹੁਣ ਸਰਕਾਰ ਦੇ ਜਾਂ ਕਹਿ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਬਹਿਸ ਦੇ ਲਈ ਸੱਦ ਰਹੇ ਨੇ ਤਾਂ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਤੇ ਐਸਵਾਈਐਲ ਦੇ ਮੁੱਦੇ ਤੇ ਸਿਰਫ ਸਿਆਸੀ ਤਰ੍ਹਾਂ ਹੀ ਨਹੀਂ ਬਲਕਿ ਧਾਰਮਿਕ ਲੀਡਰ ਨੇ ਜਿਹੜੇ ਉਹ ਵੀ ਉਹ ਵੀ ਬਿਆਨ ਦੇ ਰਹੇ ਨੇ ਮੋਤਵਾਜੀ ਜਥੇਦਾਰ ਪਾਇਤਾਨ ਸਿੰਘ ਮੰਡ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਤਰ੍ਹਾਂ ਨੂੰ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸਿਆਸਤ ਕਰਨ ਦੀ ਬਜਾਏ ਪਾਣੀਆਂ ਦੀ ਪਹਿਰੇਦਾਰੀ ਵਾਲੀ ਪਹੁੰਚ ਅਪਣਾਉਣ ਉਨਾ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਦਰਿਆਈ ਪਾਣੀਆਂ ਦੇ ਮੁੱਦੇ ਤੇ ਜਦੋਂ ਚੋਣਾ ਆਉਂਦੀਆਂ ਨੇ ਤਾਂ ਇਹ ਮੁੱਦਾ ਸਿਆਸੀ ਪਾਰਟੀਆਂ ਚੱਕ ਲੈਂਦੀਆਂ ਨੇ ਤੇ ਚੋਣਾ ਲੰਘ ਜਾਣ ਤੋਂ ਬਾਅਦ ਇਹਨੂੰ ਠੰਡੇ ਬਸਤੇ 'ਚ ਪਾ ਦਿੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ 304 ਹੋਰ ਪੰਜਾਬੀ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਚੰਡੀਗੜ੍ਹ ਮਿਊਂਸਪਲ ਭਵਨ ਦੇ ਵਿੱਚ ਗ੍ਰਹਿ ਮਾਮਲੇ, ਟਰਾਂਸਪੋਰਟ ਤੇ ਮਾਲ ਵਿਭਾਗਾਂ ਦੇ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਸੀਐਮ ਨੇ ਕਿਹਾ ਕਿ ਇਹ ਤਾਂ ਹਲੇ ਸ਼ੁਰੂਆਤ ਹੈ ਨੌਕਰੀਆਂ ਦਾ سلسلہ ਜਾਰੀ ਰਹੇਗਾ। ਉਹਨਾਂ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੇਢ ਸਾਲਾਂ ਦੇ ਵਿੱਚ 37100 ਸਰਕਾਰੀ ਨੌਕਰੀਆਂ ਦੇ ਵੀ ਦਿੱਤੀਆਂ ਨੇ। ਅੱਜ 200 28 ਸਬ ਇੰਸਪੈਕਟਰ ਜਿਹੜੇ ਕਿ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਦੱਸਿਆ ਟੈਕਨੀਕਲ ਡਿਪਾਰਟਮੈਂਟ ਜਿਹੜੇ ਨੇ ਉਹਨਾਂ ਦੇ ਵਿੱਚ ਨਿਯੁਕਤੀਆਂ ਹੋਈਆਂ ਨੇ ਉਹ ਜੋ ਜਿਹੜਾ ਕਿ ਅੱਜ ਕੱਲ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਪਹਿਲਾਂ ਪੁਲਿਸ ਸਿਰਫ ਵਰਦੀ ਵਾਲੀ ਪੁਲਿਸ ਮੰਨੀ ਜਾਂਦੀ ਸੀ ਸੜਕ ਤੇ ਖੜਨ ਵਾਲੀ ਜਾਂ ਥਾਣੇ 'ਚ ਮੌਜੂਦ ਹੀ ਜਿਹੜੀ ਫੋਰਸ ਸੀ ਉਸੇ ਨੂੰ ਪੁਲਿਸ ਮੰਨਿਆ ਜਾਂਦਾ ਸੀ ਹੁਣ ਅੱਜ ਕੱਲ ਦੇ ਜ਼ਮਾਨੇ 'ਚ ਥਾਣਾ ਕਿਤੇ ਹੋਰ ਹੈ ਪੁਲਿਸ ਦੀ ਇਨਫੋਰਮੇਸ਼ਨ ਕਿਤੇ ਹੋਰ ਚ ਜਾ ਰਹੀ ਹੈ ਡਾਟਾ ਕਿਤੇ ਹੋਰ ਇਕੱਠਾ ਹੋ ਰਿਹਾ ਹੈ ਤੇ ਪੁਲਿਸ ਦੀ ਟ੍ਰੇਨਿੰਗ ਕਿਤੇ ਹੋਰ ਚੱਲ ਰਹੀ ਹੈ ਪੁਲਿਸ ਨੂੰ ਕੈਮਰਾ ਨਹੀਂ ਦੇਖਿਆ ਕਿ ਉਹ ਹੋਰ ਜਾ ਰਿਹਾ ਹੈ ਸੋ ਉਹਦੇ ਲਈ ਜਿਸ ਡੀਜੀਪੀ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਡਿਜੀਟਲ ਕਰਨ ਦੇ ਵਿੱਚ ਕੋਈ ਬਜਟ ਦੀ ਕਮੀ ਨਹੀਂ ਆਉਣ ਦੇਵਾਂਗੇ ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਕਾਂਗਰਸ ਪਾਰਟੀ ਵਿੱਚੋਂ ਬੀਜੇਪੀ ਚ ਜਾਣ ਵਾਲੇ ਆਲਾ ਲੀਡਰਾਂ ਦੀ ਘਰ ਵਾਪਸੀ ਦਾ ਮਾਮਲਾ ਪੱਕ ਗਿਆ ਹੈ ਕਰੀਬ ਅੱਧੀ ਦਰਜਨ ਅਜਿਹੇ ਲੀਡਰ ਨੇ ਜਿਹੜੇ 2 ਦਿਨ ਪਹਿਲਾਂ ਪੰਜਾਬ ਦੇ ਸੀਨੀਅਰ ਲੀਡਰਾਂ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਮਿਲ ਕੇ ਘਰ ਵਾਪਸੀ ਦੀ ਇੱਛਾ ਜ਼ਾਹਰ ਕਰ ਚੁੱਕੇ ਨੇ ਹਾਲਾਂਕਿ ਹਲੇ ਉਹਨਾਂ ਦੀ ਰਸਮੀ ਤੌਰ ਤੇ ਘਰ ਵਾਪਸੀ ਕਰਵਾਈ ਨਹੀਂ ਗਈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੀਆਂ ਹੀਟਲੀਆਂ ਸਫਾਂ ਦੇ ਵਿੱਚ ਵਾਪਸੀ ਕਰਨ ਤੇ ਕਰਾਉਣ ਵਾਲਿਆਂ ਦਾ ਅੰਦਰੋਂ-ਅੰਦਰ ਹੀ ਵਿਰੋਧ ਹੋਣ ਲੱਗ ਪਿਆ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਤੇ ਜ਼ਿਆਦਾਤਰ ਲੋਕ ਇਸ ਨੂੰ ਸਿਆਸਤ ਦੀ ਫਿਤਰਤ ਮੰਨ ਕੇ ਆਮ ਵਰਤਾਰੇ ਵਜੋਂ ਦੇਖ ਰਹੇ ਨੇ ਪਰ ਕੁਝ ਲੋਕ ਇਸ ਰੁਝਾਨ ਨੂੰ ਸਧਾਰਨ ਲੋਕਾਂ ਦੇ ਲਈ ਖਤਰਨਾਕ ਮੰਨ ਰਹੇ ਨੇ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਔਖੀ ਘੜੀ ਦੇ ਵਿੱਚ ਜਿਹੜੇ ਸਾਥ ਛੱਡ ਜਾਂਦੇ ਨੇ ਉਹਨਾਂ ਨੂੰ 10-10 ਸਾਲ ਅਹੁਦੇਦਾਰੀਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਵਰਕਰਾਂ ਨੇ ਸੋਸ਼ਲ ਮੀਡੀਆ ਤੇ ਕਾਂਗਰਸੀ ਲੀਡਰਾਂ ਨੂੰ ਚੌਕਸ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਦਲ ਬਦਲੂਆਂ ਦੇ ਖਿਲਾਫ ਰੋਸ ਵੀ ਵੱਧ ਗਿਆ ਹੈ ਪੰਜਾਬ ਕਾਂਗਰਸ ਦੇ ਬੁਲਾਰੇ ਗੁਰਸੇਵਕ ਸਿੰਘ ਜੈਤੋ ਨੇ ਵੀਡੀਓ ਸੁਨੇਹੇ ਰਾਹੀਂ ਹਾਈ ਕਮਾਂਡ ਨੂੰ ਵਰਕਰਾਂ ਦੀ ਆਵਾਜ਼ ਸੁਣਨ ਦੀ ਅਪੀਲ ਕੀਤੀ ਹੈ ਅਧਿయోగਪਤੀ ਵਿਪਨ ਗਰਗਨੇ ਕਿਹਾ ਕਿ ਤੜਕੇ ਆਥਨੇ ਪਾਰਟੀਆਂ ਬਦਲਣ ਬਦਲਣ ਵਾਲੇ ਲੀਡਰਾਂ ਨੇ ਅਸੂਲਾਂ ਨੂੰ ਕਿੱਲੀ ਤੇ ਟੰਗ ਕੇ ਮੁਨਾਫੇ ਤੇ ਆਖ ਰੱਖੀ ਹੋਈ ਹੈ ਸੁ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਅਜਿਹੇ ਵਿੱਚ ਪਹਿਲਾ ਮੌਕਾ ਦੇਖ ਕੇ ਕਾਂਗਰਸ ਚੋ ਬੀਜੇਪੀ ਚ ਛਾਲ ਮਾਰਨ ਵਾਲੇ ਤੇ ਹੁਣ ਬੀਜੇਪੀ ਚ ਜਦੋਂ ਕੋਈ ਕਦਰ ਨਹੀਂ ਪਈ ਤਾਂ ਮੁੜ ਤੋਂ ਕਾਂਗਰਸ ਦੇ ਵਿੱਚ ਆਉਣ ਲਈ ਤਰਲੋ ਮੱਛੀ ਹੋ ਰਹੇ ਲੀਡਰਾਂ ਦੇ ਲਈ ਕੋਈ ਸੌਖਾ ਕੰਮ ਨਹੀਂ ਹੈ ਯਾਨੀ ਕਿ ਉਹਨਾਂ ਦੀ ਘਰ ਵਾਪਸੀ ਸੌਖੀ ਨਹੀਂ ਹੈ ਕਿਉਂਕਿ ਜਿਸ ਦਿਨ ਦਿੱਲੀ ਗਏ ਸੀ ਉਸ ਦਿਨ ਕਿਸੇ ਵੱਡੇ ਕੌਮੀ ਲੀਡਰ ਨੇ ਵੀ ਕੋਈ ਖਾਸ ਰੁਚੀ ਇਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਨਹੀਂ ਦਿਖਾਈ ਹੁਣ ਕਿਸਾਨਾਂ ਦੀ ਪਰੇਸ਼ਾਨੀ ਦੇ ਨਾਲ ਜੁੜੀਆਂ ਦੋ ਖਬਰਾਂ ਤੁਹਾਨੂੰ ਦੱਸ ਦਿੰਨੇ ਹਾਂ ਇੱਕ ਤਾਂ ਪੰਜਾਬ ਦੇ ਵਿੱਚ ਹਾੜੀ ਦੀ ਮੁੱਖ ਫਸਲ ਕਣਕ ਦੀ ਬਜਾਈ ਸਰ ਤੇ ਹੈ ਪਰ ਡੀਪ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ ਕਿਸਾਨ ਪਰੇਸ਼ਾਨ ਹੋ ਰਹੇ ਨੇ ਬਾਜ਼ਾਰ ਦੇ ਵਿੱਚ ਖਾਦ ਨਹੀਂ ਮਿਲਦੀ ਪਰ ਚੋਰ ਬਾਜ਼ਾਰੀ ਵਿੱਚ ਕਿਸਾਨ ਮਹਿੰਗੇ ਭਾਅ ਦੀ ਖਾਦ ਲੈਣ ਨੂੰ ਮਜਬੂਰ ਨੇ ਵਪਾਰੀ ਕਹਿੰਦੇ ਨੇ ਕਿ ਰਾਜਸਥਾਨ ਛੱਤੀਸਗੜ੍ਹ ਮੱਧ ਪ੍ਰਦੇਸ਼ ਤੇਲੰਗਾਨਾ ਤੇ ਮਿਜ਼ੋਰਮ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਰਕੇ ਕੇਂਦਰ ਨੇ ਉਸ ਪਾਸੇ ਵੱਲ ਵੱਧ ਡੀਪੀ ਖਾਦ ਭੇਜਣੀ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਇਸ ਵਾਰੀ ਆਮ ਦੇ ਮੁਕਾਬਲੇ ਬਹੁਤ ਘੱਟ ਖਾਦ ਪਹੁੰਚੀ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਣਕ ਦੇ ਚੰਗੇ ਝਾੜ ਲਈ ਬਿਜਾਈ ਦਾ ਟਕਵਾ ਸਮਾਂ ਵੀ ਅਕਤੂਬਰ ਦੇ ਚੌਥੇ ਹਫਤੇ ਤੋਂ 15 ਨਵੰਬਰ ਤੱਕ ਦਾ ਦੱਸ ਦਿੱਤਾ ਪਰ ਡੀਏਪੀ ਨਹੀਂ ਮਿਲ ਰਹੀ ਤਾਂ ਕਿਸਾਨ ਚਿੰਤਾ ਦੇ ਵਿੱਚ ਨੇ ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਪਹਿਲਾਂ ਹੀ ਮੰਗਵਾਉਣੀ ਚਾਹੀਦੀ ਸੀ ਕਿਉਂਕਿ ਵੇਲੇ ਸਿਰ ਕਣਕ ਦੀ ਬਿਜਾਈ ਨਾ ਹੋਣ ਕਰਕੇ ਕੱਲਾ ਝਾੜ ਹੀ ਨਹੀਂ ਘਟਦਾ ਸਗੋਂ ਗੁਣਵੱਤਾ ਦੇ ਵਿੱਚ ਵੀ ਵੱਡੀ ਗਿਰਾਵਟ ਆਉਂਦੀ ਹੈ ਇਸ ਕਰਕੇ ਇਸ ਮਸਲੇ ਦਾ ਖੇਤੀ ਸਮਾ ਰਹਿੰਦੇ ਹੱਲ ਕੱਢਣਾ ਹਿੰਦੇ ਉਧਰ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਮਨੋਜ ਕੁਮਾਰ ਕਹਿੰਦੇ ਨੇ ਕਿ ਬਹੁਤ ਹੀ ਛੇਤੀ ਇਫਕੋ ਕ੍ਰਿਪਕੋ ਕਾਰਗਿਲ ਤੇ ਹੋਰ ਕੰਪਨੀਆਂ ਦੀ ਡੀਏਪ ਬਾਜ਼ਾਰ ਦੇ ਵਿੱਚ ਪਹੁੰਚ ਜਾਊਗੀ ਦੂਜੀ ਜਿਹੜੀ ਸਮੱਸਿਆ ਹੈ ਉਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਲਿਫਟਿੰਗ ਰੁਕੇ ਜਾਂਦੀ ਹੈ ਰਾਈਸ ਸ਼ੈਲਰਾਂ ਦੀ ਹੜਤਾਲ ਨਾਲ ਪੰਜਾਬ ਚ ਝੋਨੇ ਦੀ ਫਸਲ ਦੀ ਲਿਫਟਿੰਗ ਦਾ ਕੰਮ ਲੀਹੋਂ ਲੱਥਿਆ ਪਿਆ ਤੇ ਇਸ ਸਮੱਸਿਆ ਹੁਣ ਵੱਡਾ ਰੂਪ ਧਾਰਨ ਕਰਨ ਲੱਗੀ ਹੈ ਇਸ ਵੇਲੇ ਸੂਬੇ ਦੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਕਰੀਬ 5.3 ਕਰੋੜ ਬੋਰੀ ਲਿਫਟਿੰਗ ਦੀ ਉਡੀਕ ਵਿੱਚ ਹੈ ਮਸਲਾ ਹੱਲ ਨਾ ਹੋਇਆ ਤਾਂ ਉਹਦੇ ਦਿਨਾਂ ਵਿੱਚ ਮੰਡੀਆਂ ਦੇ ਵਿੱਚ ਝੋਨਾ ਲਾਉਣ ਦੇ ਲਈ ਵੀ ਥਾਂ ਨਹੀਂ ਬਚਣੀ ਭਾਰਤੀ ਖੁਰਾਕ ਨਿਗਮ ਨੇ ਵਿਸ਼ੇਸ਼ ਤੱਤਾਂ ਵਾਲੇ ਚੌਲ ਦੇ ਮਸਲੇ 'ਚ ਸ਼ੈਲਰ ਮਾਲਕਾਂ ਨੂੰ ਤਾੜ ਦਿੱਤਾ ਹੈ ਤੇ ਨਿਗਮ ਦੀਆਂ ਸ਼ਰਤਾਂ ਦੀ ਪੂਰਤੀ ਚੌਲ ਮਿਲ ਮਾਲਕਾਂ ਦੇ ਵੱਸ ਵਿੱਚ ਨਹੀਂ ਹੈ ਇਸੇ ਕਰਕੇ ਪੰਜਾਬ ਚ ਰਾਈਸ ਸ਼ੈਲਰ 10 ਅਕਤੂਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਹਨ ਹਾਲੇ ਤੱਕ ਝੋਨਾ ਕਿਤੇ ਕਿਤੇ ਪਹੁੰਚ ਰਿਹਾ ਹੈ ਪਰ ਆਉਂਦੇ ਦਿਨਾਂ ਚ ਝੋਨੇ ਦੀ ਵਾਢੀ ਇੱਕਦਮ ਤੇਜ਼ ਹੋਊਗੀ ਤਾਂ ਮੰਡੀਆਂ ਦੇ ਵਿੱਚ ਚੌਲਾਂ ਦੇ ਅੰਬਾਰ ਲੱਗ ਜਾਣਗੇ ਇਸ ਕਰਕੇ ਸਰਕਾਰ ਨੂੰ ਫੌਰੀ ਤੌਰ ਤੇ ਇਸ ਸਮੱਸਿਆ ਨੂੰ ਹੋਰ ਗੰਭੀਰ ਹੋਣ ਤੋਂ ਪਹਿਲਾਂ ਇਹਦਾ ਹੱਲ ਕਰਨਾ ਚਾਹੀਦਾ ਕਿਉਂਕਿ ਹਾਲ ਦੀ ਘੜੀ ਜੇ ਮੌਜੂਦਾ ਸਮੇਂ ਦੀ ਗੱਲ ਕਰ ਲਈਏ ਅੱਜ ਦੀ ਗੱਲ ਕਰ ਲਈਏ ਤਾਂ ਮੰਡੀਆਂ ਚ ਪੌਣੇ 3 ਕਰੋੜ ਬੋਰੀਆਂ ਤਾਂ ਪਹੁੰਚ ਵੀ ਚੁੱਕੀਆਂ ਨੇ ਜਿਹੜੀਆਂ ਲਿਫਟਿੰਗ ਨਾ ਹੋਣ ਕਾਰਨ ਉਸੇ ਤਰ੍ਹਾਂ ਮੰਡੀਆਂ 'ਚ ਪਈਆਂ ਨੇ ਉਧਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕੇਂਦਰੀ ਖੁਰਾਕ ਮੰਤਰਾਲੇ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਜੇ ਪੰਜਾਬ 'ਚ ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚਲੇ ਅੜਿੱਕਿਆਂ ਨੂੰ ਦੂਰ ਨਾ ਕੀਤਾ ਤਾਂ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਖੜੀ ਹੋ ਸਕਦੀ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸ਼ੈਲਰ ਮਾਲਕਾਂ ਦੇ ਮਸਲੇ ਤੋਂ ਇਲਾਵਾ ਆੜਤੀਆਂ ਤੇ ਮਜ਼ਦੂਰਾਂ ਦੇ ਮਸਲੇ ਵੀ ਤੁਰੰਤ ਨਿਜਠੇ ਕਿਉਂਕਿ ਹੜਤਾਲ ਕਰਕੇ ਕਈ ਮੰਡੀਆਂ ਦੇ ਵਿੱਚ ਤਾਂ ਥਾਂ ਵੀ ਨਹੀਂ ਬਚੀ। ਦਰਅਸਲ ਪੰਜਾਬ ਦੇ ਵਿੱਚ ਸ਼ੈਲਰਾਂ ਦੀ ਹੀ ਹੜਤਾਲ ਨਹੀਂ ਬਲਕਿ ਮਜ਼ਦੂਰ ਨੇ ਜਿਹੜੇ ਗੰਨਾ ਮਜ਼ਦੂਰ ਨੇ ਉਹ ਵੀ ਹੜਤਾਲ ਤੇ ਬੈਠੇ ਨੇ ਉਹ ਵੀ ਆਪਣੀਆਂ ਆਪਣੀਆਂ ਮੰਗਾਂ ਮਨਵਾਉਣ ਲਈ ਜੜੇ ਹੋਏ ਨੇ। ਆੜਤੀਆਂ ਨੇ ਵੀ ਹੜਤਾਲ ਕਰ ਦਿੱਤੀ ਸੀ। ਖਰੀਦ-ਵੇਚ ਦਾ ਕੰਮ ਤਾਂ ਉਂਝ ਹੀ ਰੁਕ ਗਿਆ ਸੀ। ਹਾਲਾਂਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਆੜਤੀਆਂ ਨੇ ਤਾਂ ਆਪਣੀ ਹੜਤਾਲ ਖਤਮ ਕਰ ਦਿੱਤੀ ਸੀ। ਪਰ ਸਭ ਤੋਂ ਵੱਡੀ ਸਮੱਸਿਆ ਕਿਸਾਨ ਦੇ ਲਈ ਹੈ ਕਿਉਂਕਿ ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀ 'ਚ ਪਹੁੰਚਦਾ ਰਿਹਾ ਪਰ ਨਾ ਹੀ ਤਾਂ ਉਸ ਦੀ ਖਰੀਦ ਹੋ ਰਹੀ ਹੈ ਤੇ ਨਾ ਹੀ ਉਹਦੀ ਲਿਫਟਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਚੱਲ ਰਹੀ ਇੱਕ ਹੋਰ ਹੜਤਾਲ ਦੀ ਗੱਲ ਕਰ ਲਈਏ ਤਾਂ ਉਹ ਪਟਵਾਰੀਆਂ ਦੀ ਹੜਤਾਲ ਹੈ ਜਿਸ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਪੰਜਾਬ ਸਰਕਾਰ ਇਸ ਮਸਲੇ ਦਾ ਹੱਲ ਕਰਨ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੀ ਜਦਕਿ ਹਕੀਕਤ ਹੈ ਕਿ ਪੰਜਾਬ ਚ 3000 ਤੋਂ ਵੱਧ ਪਟਵਾਰ ਹਲਕਿਆਂ ਦੇ ਵਿੱਚ ਕੰਮ ਠੱਪ ਪਿਆ ਹੈ ਜਿਦੇ ਕਰਕੇ ਲੋਕਾਂ ਦਾ ਸੰਕਟ ਵਧਿਆ ਪਿਆ ਹੈ ਲੋਕ ਤਹਿਸੀਲਾਂ ਦੇ ਵਿੱਚ ਖੱਜਲ ਖੁਆਰ ਹੋ ਰਹੇ ਨੇ ਪਟਵਾਰੀਆਂ ਦੀ ਹੜਤਾਲ ਕਰਕੇ ਬੈਂਕਾਂ ਦੀਆਂ ਲਿਮਟਾਂ ਭਾਰ ਮੁਕਤ ਸਰਟੀਫਿਕੇਟ ਤੇ ਇੰਤਕਾਲਾਂ ਦਾ ਕੰਮ ਰੁਕਿਆ ਪਿਆ ਲੋਕ ਆਪਣੇ ਕੰਮਾਂ ਲਈ ਰੋਜ਼ਾਨਾ ਤਹਿਸੀਲ ਦਫ਼ਤਰਾਂ 'ਚ ਜਾਂਦੇ ਨੇ ਪਰ ਨਿਰਾਸ਼ ਹੋ ਕੇ ਮੁੜ ਜਾਂਦੇ ਨੇ ਹੁਣ ਕਿਸਾਨ ਜੱਥੇਬੰਦੀਆਂ ਵੀ ਇਸ ਮਸਲੇ ਤੇ ਸੰਘਰਸ਼ ਵਧਣ ਦੇ ਰੌਂ ਵਿੱਚ ਨੇ ਹਾਲਾਂਕਿ ਪਟਵਾਰੀਆਂ ਦੀ ਹੜਤਾਲ ਕਾਰਨ ਸਿਰਫ ਆਮ ਲੋਕਾਂ ਦੇ ਕੰਮ ਹੀ ਨਹੀਂ ਰੁਕੇ ਪਏ ਬਲਕਿ ਸਰਕਾਰ ਦੇ ਮਾਲੀਏ ਨੂੰ ਵੀ ਸੱਟ ਵੱਜ ਰਹੀ ਹੈ ਔਰ ਕਿਸਾਨ ਵੀ ਖੱਜਲ ਖੁਆਰ ਹੋ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਬੈਂਕ ਦੀਆਂ ਪੁਰਾਣੀਆਂ ਲਿਮਟਾਂ ਬੰਦ ਕਰ ਦਿੱਤੀਆਂ ਸੀ ਨਵੀਂ ਲਿਮਟ ਮੜਵਾਉਣਾ ਚਾਹੁੰਦੇ ਨੇ ਪਰ ਪੁਰਾਣੀ ਲਿਮਟ ਉਹਨਾਂ ਦੇ ਮਾਲ ਰਿਕਾਰਡ ਦੇ ਵਿੱਚ ਬੋਲਦੀ ਹੈ ਉਹਨਾਂ ਨੂੰ ਭਾਰ ਮੁਕਤ ਸਰਟੀਫਿਕੇਟ ਦੀ ਤੁਰੰਤ ਲੋੜ ਹੈ ਪਰ ਰੋਜ਼ਾਨਾ ਦਫ਼ਤਰਾਂ ਦੇ ਚੱਕਰ ਕੱਟ ਕੇ ਉਹਨਾਂ ਨੂੰ ਮੁੜਨਾ ਹੀ ਪੈਂਦਾ ਹੈ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਟਸਾ ਤੇ ਹੋਰ ਅਹੁਦੇਦਾਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਜਥੇਬੰਦੀ ਇੱਕ ਤਨਖਾਹ ਇੱਕ ਹਲਕਾ ਫਾਰਮੂਲੇ ਤੇ ਕਾਇਮ ਹੈ ਸੂਬੇ ਦੇ ਵਿੱਚ 3153 93 ਪਟਵਾਰ ਸਰਕਲ ਤੇ 8500 ਦੇ ਲਗਭਗ ਪਿੰਡ ਪਟਵਾਰੀਆਂ ਤੋਂ ਵਾਂਝੇ ਪਏ ਨੇ ਪਟਵਾਰੀਆਂ ਦੀਆਂ ਅਸਾਮੀਆਂ 4716 ਨੇ ਪਰ ਸਰਕਾਰ ਨੇ ਘਟਾ ਕੇ 3660 ਕਰ ਦਿੱਤੀਆਂ ਨੇ ਜਦਕਿ ਸੂਬੇ ਅੰਦਰ ਜ਼ਿਲ੍ਹਿਆਂ ਦੀ ਗਿਣਤੀ 12 ਤੋਂ 23 ਤੇ ਤਹਿਸੀਲਾਂ ਦੀ ਗਿਣਤੀ 62 ਤੋਂ 97 ਹੋ ਚੁੱਕੀ ਹੈ ਅਜਿਹੇ ਵਿੱਚ ਜਿਹੜੀਆਂ ਅਸਾਮੀਆਂ ਸੀ ਉਹ ਵਧਣੀਆਂ ਚਾਹੀਦੀਆਂ ਸੀ ਪਰ ਸਰਕਾਰ ਨੇ ਘਟਾ ਦਿੱਤੀਆਂ ਨੇ ਇੱਕ ਇੱਕ ਪਟਵਾਰੀ ਨੂੰ 4-4 ਸਰਕਲਾਂ ਦਾ ਚਾਰਜ ਦੇ ਰੱਖਿਆ ਸੀ ਤੇ ਹੁਣ ਪਟਵਾਰੀਆਂ ਦੀ ਜਿਹੜੀ ਹੜਤਾਲ ਹੈ ਉਹ ਇਹੀ ਹੈ ਕਿ ਉਹਨਾਂ ਨੇ ਵਾਧੂ ਸਰਕਲਾਂ ਦਾ ਚਾਰਜ ਛੱਡ ਦਿੱਤਾ ਹੈ ਆਪੋ ਆਪਣੇ ਸਰਕਲਾਂ ਦੇ ਵਿੱਚੋਂ ਕੰਮ ਕਰ ਰਹੇ ਨੇ ਤੇ ਜਿਹੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਿਸਾਨ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਕਿਸਾਨ ਆਪਣਾ ਜ਼ਮੀਨੀ ਕੰਮ ਨਾ ਹੋਣ ਤੇ ਸੀਐਮ ਨੂੰ ਬੇਨਤੀ ਕਰਦਾ ਦਿਖਾਈ ਦਿੰਦਾ ਕਿਸਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹਨੇ ਲਿਮਟ ਚੁੱਕ ਕੇ ਆਪਣੇ ਬੱਚੇ ਬਾਹਰ ਭੇਜਣੇ ਸੀ ਕੋਈ ਪਟਵਾਰੀ ਕੰਮ ਨਹੀਂ ਕਰ ਰਿਹਾ ਤੇ ਜੇ ਉਹਦੇ ਕੰਮ 'ਚ ਦੇਰੀ ਹੋਗੀ ਤਾਂ ਬੱਚਿਆਂ ਨੂੰ ਦਾਖਲਾ ਨਹੀਂ ਮਿਲਣਾ ਹਾਲਾਂਕਿ ਮੁੱਖ ਮੰਤਰੀ ਨੇ ਕਿਸਾਨ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਤੇ ਭਰੋਸਾ ਦੇ ਕੇ ਚਲੇ ਗਏ ਤੇ ਹਕੀਕਤ ਹੈ ਕਿ ਜਿਹੜਾ ਪਟਵਾਰੀ ਦਾ ਕੰਮ ਹੈ ਪਟਵਾਰੀ ਦੇ ਸਿਗਨੇਚਰ ਨੂੰ ਪਟਵਾਰੀ ਹੀ ਕਰ ਸਕਦਾ ਹੈ ਮੁੱਖ ਮੰਤਰੀ ਵੀ ਨਹੀਂ ਕਰ ਸਕਦੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਕੱਲ ਪੂਰੇ ਪੰਜਾਬ ਤੋਂ ਪਹੁੰਚੇ ਕੰਪਿਊਟਰ ਅਧਿਆਪਕਾਂ ਨੇ ਵੀ ਧਰਨਾ ਦਿੱਤਾ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਆਵਾਜ਼ੀ ਠੱਪ ਕਰਕੇ ਸੂਬਾ ਪੱਧਰੀ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਚ नाराबाजी ਕੀਤੀ ਕੰਪਿਊਟਰ ਅਧਿਆਪਕ ਯੂਨੀਅਨ ਨੇ 3 ਦਿਨਾ ਸੰਘਰਸ਼ ਉਲੀਕਿਆ ਸੀ ਜਿਹਦਾ ਕੱਲ ਆਖਰੀ ਦਿਨ ਸੀ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਪੜਾਅ ਦਰ ਪੜਾਅ ਸੰਘਰਸ਼ ਜਾਰੀ ਰਹੂਗਾ ਹਾਲਾਂਕਿ ਇਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਦੀ ਕੋਠੀ ਤੱਕ ਜਾਣ ਤੋਂ ਪੁਲਿਸ ਨੇ ਰੋਕ ਦਿੱਤਾ ਸੀ ਤੇ ਉਸੇ ਥਾਂ ਤੇ ਬਹਿ ਕੇ ਇਹਨਾਂ ਨੇ ਧਰਨਾ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 25 ਅਕਤੂਬਰ ਨੂੰ ਚੰਡੀਗੜ੍ਹ 'ਚ ਮੀਟਿੰਗ ਤੈਅ ਕਰਵਾ ਦਿੱਤੀ ਹੈ ਜਿਸ ਤੋਂ ਬਾਅਦ ਇਹ ਧਰਨਾ ਕੱਲ ਸਮਾਪਤ ਹੋਇਆ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਪਿਛਲੀਆਂ ਸਰਕਾਰਾਂ ਦੇ ਘੁਟਾਲਿਆਂ ਤੋਂ ਪਰਦਾ ਫਾਸ਼ ਕਰ ਰਹੀ ਹੈ ਉਥੇ ਸਰਕਾਰ ਦੇ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕਾਂ ਦੇ ਵਿੱਚ ਵੀ ਫਰਜ਼ੀ ਮਰੀਜ਼ਾਂ ਦੇ ਕਪੜੇ ਦਾ ਧੂਆਂ ਉੱਠਣ ਲੱਗਿਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ ਸਿਹਤ ਵਿਭਾਗ ਵੱਲੋਂ ਫਰਜ਼ੀ ਮਰੀਜ਼ਾਂ ਦੀ ਗੁੰਜਾਇਸ਼ ਨੂੰ ਰੋਕਣ ਵਾਸਤੇ ਸਿੱਧਾ ਮਰੀਜ਼ਾਂ ਦੇ ਨਾਲ ਸੰਪਰਕ ਸਦਨਾ ਸ਼ੁਰੂ ਕਰ ਦਿੱਤਾ ਗਿਆ ਪਟਿਆਲਾ ਜ਼ਿਲ੍ਹੇ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਤੇ ਡੀਸੀ ਨੇ ਉਹਨਾਂ 5 ਆਮ ਆਦਮੀ ਕਲੀਨਿਕਾਂ ਦੇ ਵਿਸ਼ੇਸ਼ ਆਡਿਟ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਜਿੱਦਾਂ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਨੂੰ ਪਾਰ ਕਰ ਰਿਹਾ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ 75 ਆਮਦਨੀ ਕਲੀਨਿਕ ਨੇ ਜਿਨ੍ਹਾਂ ਵਿੱਚੋਂ ਬਹੁਤੇ ਕਲੀਨਿਕਾਂ ਦੇ ਵਿੱਚ ਪ੍ਰਤੀ ਕਲੀਨਿਕ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਰਹੀ ਹੈ ਹਾਲਾਂਕਿ ਕਲੀਨਿਕਾਂ ਦੇ ਵਿੱਚ ਡਾਕਟਰਾਂ ਦੀ ਡਿਊਟੀ ਦਾ ਸਮਾਂ 6 ਘੰਟੇ ਹੈ ਤੇ ਜੇ ਪ੍ਰਤੀ ਮਰੀਜ਼ ਡਾਕਟਰ 5 ਮਿੰਟ ਵੀ ਦਿੰਦਾ ਤਾਂ 6 ਘੰਟਿਆਂ 'ਚ 72 ਮਰੀਜ਼ ਹੀ ਚੈੱਕ ਕੀਤੇ ਜਾ ਸਕਦੇ ਨੇ ਪਰ ਇੱਥੇ 2 200 ਲਿਖੇ ਗਏ ਨੇ ਪੰਜਾਬ ਚ ਇਸ ਵਕਤ 664 ਆਮ ਆਦਮੀ ਕਲੀਨਿਕ ਨੇ ਜਿਨ੍ਹਾਂ ਦੇ ਵਿੱਚ ਕਰੀਬ 59 ਲੱਖ ਮਰੀਜ਼ਾਂ ਦੀ ਜਾਂਚ ਹੋਈ ਹੈ ਸਿਹਤ ਮਹਿਕਮੇ ਦੇ ਸੀਨੀਅਰ ਅਧਿਕਾਰੀ ਦੱਸਦੇ ਨੇ ਕਿ ਪੰਜਾਬ ਦੀ ਔਸਤ ਦੇਖੀਏ ਤਾਂ ਪ੍ਰਤੀ ਕਲੀਨਿਕ 80 ਮਰੀਜ਼ਾਂ ਦੀ ਰੋਜ਼ਾਨਾ ਔਸਤ ਆ ਰਹੀ ਹੈ ਇਸ ਮੁੱਦੇ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਵੀ ਕਿਤੇ ਮਰੀਜ਼ਾਂ ਦੀ ਗਿਣਤੀ ਵੱਧ ਹੈ ਉੱਥੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਸ਼ਾਮ ਦੀ ਸ਼ਿਫਟ ਸ਼ੁਰੂ ਕਰਨ ਦੀ ਯੋਜਨਾ ਹੈ ਕਹਿੰਦੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਹੁੰਦੀ ਹੈ ਹਰੇਕ ਮਰੀਜ਼ ਦਾ ਫੋਨ ਨੰਬਰ ਮਹਿਕਮੇ ਕੋਲ ਹੀ ਹੁੰਦਾ ਜਿਹਦੇ ਆਧਾਰ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਗਲਤ ਗਿਣਤੀ ਹੋਣ ਦੀ ਸੂਰਤ ਵਿੱਚ ਕਾਰਵਾਈ ਵੀ ਕੀਤੀ ਜਾਂਦੀ ਹੈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਹੈ ਉਹਨਾਂ ਨੇ ਸੂਬੇ ਦੇ ਵਿੱਚ ਜਿਹੜਾ ਸਰਕਾਰ ਨੇ ਸਿਹਤ ਮਾਡਲ ਸ਼ੁਰੂ ਕੀਤਾ ਹੈ ਉਦੀ ਆਲੋਚਨਾ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਸਿਹਤ ਵਿਭਾਗ ਦੇ ਕੁਝ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸੇ ਵੱਡੇ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਾਜਵਾ ਨੇ ਕਥਿਤ ਘੁਟਾਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ ਜਾਂ ਫਿਰ ਵਿਸ਼ੇਸ਼ ਆਡਿਟ ਕਰਵਾਏ ਜਾਣ ਦੀ ਸਲਾਹ ਦਿੱਤੀ ਹੈ ਇੱਕ ਹੋਰ ਮੁੱਦਾ ਭਖਿਆ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ ਐਮਿਨੈਂਸ ਦੇ ਵਿੱਚ ਬਦਲੀਆਂ ਦਾ ਮੁੱਦਾ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ 162 ਅਧਿਆਪਕਾਂ ਦੀਆਂ ਸਕੂਲ ਆਫ ਐਮਿਨੈਂਸ ਦੇ ਵਿੱਚ ਦੂਰ ਦਰਾਡੇ ਬਦਲੀਆਂ ਕਰ ਦਿੱਤੀਆਂ ਨੇ ਜਿਸ ਦਾ ਡੈਮੋਕਰੈਟਿਕ ਟੀਚਰਸ ਫੰਡ ਦੇ ਵੱਲੋਂ ਵਿਰੋਧ ਕੀਤਾ ਗਿਆ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵਦੀ ਅਗਵਾਈ ਦੇ ਵਿੱਚ ਫਰੰਟ ਦੀ ਬੈਠਕ ਵੀ ਹੋਈ ਹੈ ਜਿਸ ਤੋਂ ਬਾਅਦ ਇਹਨਾਂ ਕਿਹਾ ਕਿ ਪਹਿਲਾਂ ਇੱਕੋ ਸਕੂਲ ਵਿੱਚ ਦੋ ਕਿਸਮ ਦੀਆਂ ਵਰਦੀਆਂ ਦੇਣ ਤੇ ਬਾਕੀ ਸਕੂਲਾਂ ਨੂੰ ਗ੍ਰਾਂਟ ਜਾਰੀ ਕਰਨ ਦੇ ਵਿੱਚ ਵਿਤਕਰੀਬਾਜ਼ੀ ਕਰਨ ਤੋਂ ਬਾਅਦ ਹੁਣ ਦੂਜੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਅੱਖੋਂ ਪਰੋਖੇ ਕਰਦੇ ਆਂ ਅਧਿਆਪਕਾਂ ਦੀਆਂ ਸਕੂਲ ਆਫ ਐਮਿਨੈਂਸ ਦੇ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਤੇ ਸਰਕਾਰ ਇਹਨਾਂ 117 ਸਕੂਲਾਂ ਨੂੰ ਕਾਮਯਾਬ ਕਰਨ ਲਈ 19000 ਦੇ ਕਰੀਬ ਬਾਕੀ ਸਾਰੇ ਸਕੂਲਾਂ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਕੂਲਾਂ ਵਿੱਚ ਨਵੀਂ ਭਰਤੀ ਕਰਨ ਦੀ ਥਾਂ ਸਕੂਲ ਆਫ ਐਮਿਨੈਂਸ ਦੇ ਵਿੱਚ ਅਧਿਆਪਕਾਂ ਨੂੰ ਇੱਧਰ ਉੱਧਰੋ ਤਬਦੀਲ ਕਰਕੇ ਸਿੱਖਿਆ ਦਾ ਮਿਆਰ ਚੁੱਕਣ ਦੇ ਦਮਗ ਦੇ ਮਾਰੇ ਜਾ ਰਹੇ ਨੇ ਸੌਖੇ ਸ਼ਬਦਾਂ ਦੇ ਵਿੱਚ ਸਮਝਾਈਏ ਤਾਂ ਸਕੂਲ ਆਫ ਐਮਿਨੈਂਸ ਨੂੰ ਕਾਮਯਾਬ ਕਰਨ ਦੇ ਲਈ ਸਰਕਾਰ ਬਾਕੀ ਸਕੂਲਾਂ ਦੇ ਵਿੱਚੋਂ ਅਧਿਆਪਕ ਇਕੱਠੇ ਕਰਕੇ ਇਹਨਾਂ ਸਕੂਲਾਂ ਲਾਂ ਦੇ ਵਿੱਚ ਲਾ ਰਹੀ ਹੈ ਤੇ ਬਾਕੀ ਸਕੂਲਾਂ ਦੇ ਵਿੱਚ ਇਹਨਾਂ ਸਕੂਲ ਇਹਨਾਂ ਅਧਿਆਪਕਾਂ ਦੀ ਥਾਂ ਤੇ ਕੋਈ ਹੋਰ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ ਇਹ ਇਲਜ਼ਾਮ ਅਧਿਆਪਕਾਂ ਦੇ ਵੱਲੋਂ ਲਾਇਆ ਜਾ ਰਿਹਾ ਹੈ ਡੀਟੀਐਫ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮਿਡਲ ਸਕੂਲਾਂ ਨੂੰ ਤਬਾਹ ਕਰਨ ਦੀ ਨੀਤੀ ਮੌਜੂਦਾ ਸਰਕਾਰ ਅੱਗੇ ਵਧਾ ਰਹੀ ਹੈ ਆਰਟ ਐਂਡ ਕਰਾਫਟ ਟੀਚਰਾਂ ਦੀਆਂ ਬਦਲੀਆਂ ਕੀਤੇ ਜਾਣ ਨਾਲ ਮਿਡਲ ਸਕੂਲਾਂ ਦੇ ਵਿੱਚੋਂ ਸੀਐਡਵੀ ਕਾਡਰ ਦਾ ਭੋਗ ਹੀ ਪਾ ਦਿੱਤਾ ਗਿਆ ਇਹਨਾਂ ਮੰਗ ਕੀਤੀ ਹੈ ਕਿ ਇਹ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਸਕੂਲਾਂ ਵਿੱਚ ਵੱਡੀ ਗਿਣਤੀ ਚ ਪਈਆਂ ਖਾਲੀ ਅਸਾਮੀਆਂ ਤੁਰੰਤ ਭਰ ਕੇ ਹੀ ਤੁਸੀਂ ਸਿੱਖਿਆ ਦੇ ਮਾਡਲ ਨੂੰ ਬਿਹਤਰ ਬਣਾ ਸਕਦੇ ਹੋ ਇਸ ਸਲਾਹ ਵੀ ਫਰੰਟ ਨੇ ਦਿੱਤੀ ਹੈ ਇਸ ਦਿਨ ਖੇਦੀ ਗਵਰਨਮੈਂਟਰ ਟੀਚਰਜ਼ ਯੂਨੀਅਨ ਪੰਜਾਬ ਨੇ ਵੀ ਕੀਤੀ ਹੈ ਕਿ 117 ਐਮਿਨੈਂਸ ਸਕੂਲਾਂ ਨੂੰ ਚਲਾਉਣ ਦੀ ਜ਼ਿੱਦ ਪੂਰੀ ਕਰਨ ਲਈ ਬਾਕੀ ਸਕੂਲਾਂ ਦਾ ਉਜਾੜਾ ਕਰਨਾ ਮੰਦਭਾਗਾ ਹੈ ਚੱਲਦੇ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ੱੱਕੇ ਨਾਲ ਬਦਲ ਕੇ ਐਮਿਨੈਂਸ ਸਕੂਲਾਂ ਦੇ ਵਿੱਚ ਬਿਨਾਂ ਅਧਿਆਪਕਾਂ ਦੀ ਰਾਏ ਲਈ ਭੇਜਿਆ ਜਾ ਰਿਹਾ ਹੈ ਇਨਾਂ ਨੇ 162 ਅਧਿਆਪਕਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਜਨਤਕ ਕੀਤੀ ਹੈ ਜਿਦੇ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਨੇ ਉਧਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਯੂਟੀ ਚੰਡੀਗੜ੍ਹ ਦੇ ਵਿੱਚ ਅਧਿਆਪਕਾਂ ਦੀਆਂ ਸਮਾਪਤ ਹੋਈਆਂ 500 ਅਸਾਮੀਆਂ ਨੂੰ ਮੁੜ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਸਾਮੀਆਂ ਕਾਫੀ ਸਮਾਂ ਪਰਨਨਾ ਕਰਕੇ ਠੰਡੇ ਬਸਤੇ ਵਿੱਚ ਪੈ ਗਈਆਂ ਸਨ ਪਰ ਹੁਣ ਕੇਂਦਰ ਸਰਕਾਰ ਨੇ ਇਹਨਾਂ ਨੂੰ ਮੁੜ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨਾਲ ਨਜਿੱਠਿਆ ਜਾ ਸਕੂਗਾ ਇਸ ਤੋਂ ਪਹਿਲਾਂ April ਮਹੀਨੇ ਦੇ ਵਿੱਚ ਵੀ 536 ਅਸਾਮੀਆਂ ਬਹਾਲ ਹੋਈਆਂ ਸਨ ਹੁਣ ਇਜ਼ਰਾਈਲ ਤੇ ਹਮਾਸ ਦੇ ਵਿੱਚ ਚੱਲ ਰਹੇ ਯੁੱਧ ਦੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਜਿਸ ਦੇ ਕਾਰਨ ਫਲਸਤੀਨੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ ਇਜ਼ਰਾਈਲ ਦੀ ਕਾਰਵਾਈ ਦੇ ਕਾਰਨ ਗਾਜ਼ਾ ਦੇ 23 ਲੱਖ ਲੋਕ ਸੁਰੱਖਿਆ ਭੋਜਨ ਅਤੇ ਪਾਣੀ ਨੂੰ ਤਰਸ ਗਏ ਨੇ ਇਜ਼ਰਾਈਲੀ ਫੌਜ ਦੇ ਵੱਲੋਂ ਉੱਤਰੀ ਇਲਾਕਾ ਖਾਲੀ ਕਰਨ ਦਾ ਜਿਹੜਾ ਅਲਟੀਮੇਟਮ ਦਿੱਤਾ ਸੀ ਉਹ ਖਤਮ ਹੋ ਚੁੱਕਿਆ ਪਰ ਹਾਲੇ ਵੀ ਲੱਖਾਂ ਲੋਕ ਉੱਥੇ ਰਹਿ ਰਹੇ ਨੇ ਹਸਪਤਾਲਾਂ ਦੇ ਵਿੱਚ ਪਨਾਹ ਲੈ ਕੇ ਜਾਂ ਫਿਰ ਹੋਰ ਜਨਤਕ ਥਾਵਾਂ ਤੇ ਪਨਾਹ ਲੈ ਕੇ ਰਹਿ ਰਹੇ ਨੇ ਹਾਲਾਂਕਿ ਲੱਖਾਂ ਲੋਕ ਗਾਜ਼ਾ ਛੱਡ ਵੀ ਚੁੱਕੇ ਨੇ ਇਜ਼ਰਾਈਲੀ ਫੌਜ ਨੇ ਇਸ ਖਿੱਤੇ ਦੇ ਵਿੱਚ ਅਮਰੀਕੀ ਜੰਗੀ ਬੇੜਿਆਂ ਦੀ ਤਣਾਤੀ ਦੇ ਨਾਲ ਨਾਲ ਗਾਜ਼ਾ ਸਰਹੱਦ ਦੇ ਆਲੇ-ਦੋਲੇ ਤੋਪਾਂ ਤੇ ਟੈਂਕਾਂ ਸਮੇਤ ਆਪਣੇ ਮੋਰਚੇ ਗੱਡ ਲਏ ਨੇ ਤਾਂ ਜੋ ਹਮਾਸ ਨੂੰ ਤਬਾਹ ਕੀਤਾ ਜਾ ਸਕੇ ਗਾਜ਼ਾ ਵਿੱਚ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇੰਦਣ ਯਾਨੀ ਕਿ ਬਾਲਣ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਰਕੇ ਹਸਪਤਾਲਾਂ ਦੇ ਵਿੱਚ ਹਜ਼ਾਰਾਂ ਲੋਕ ਖਤਮ ਹੋ ਸਕਦੇ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਫੇਰ ਇੱਕ ਪੜਕਾਉ ਬਿਆਨ ਦਿੰਦਿਆਂ ਕਿਹਾ ਕਿ ਜੇ ਹਮਾਸ ਸੋਚਦਾ ਹੈ ਕਿ ਉਹ ਇਜ਼ਰਾਈਲੀਆਂ ਨੂੰ ਤੋੜ ਦੇਵੇਗਾ ਤਾਂ ਉਹ ਭੁਲੇਖੇ ਦੇ ਵਿੱਚ ਹੈ ਬਲਕਿ ਇਜ਼ਰਾਈਲ ਹਮਾਸ ਨੂੰ ਢਾਹ ਢੇਰੀ ਕਰ ਦੇਵੇਗਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁਦ ਦੇ ਨਾਲ ਗੱਲਬਾਤ ਕੀਤੀ ਅਤੇ ਬਿਨਾਂ ਸ਼ਰਤ ਹਮਾਇਤ ਦੇਣ ਦਾ ਅਹਦ ਫਿਰ ਦੁਹਰਾਇਆ ਨਾਲ ਹੀ ਉਹਨਾਂ ਨੇ ਫਲਸਤੀਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਧਰ ਵੈਟਕਨ ਸਿਟੀ ਤੋਂ ਪਾਪ ਫਰਾਂਸਿਸ ਨੇ ਵੀ ਹਮਾਸ ਵੱਲੋਂ ਬੰਦੀ ਬਣਾਏ ਇਜ਼ਰਾਈਲੀਆਂ ਨੂੰ ਰਿਹਾ ਕਰਨ ਦੀ ਅਪੀਲ ਨੂੰ ਮੁੜ ਦੁਹਰਾਇਆ ਹੈ। ਫਲਸਤੀਨੀਆਂ ਦੇ ਹੱਕ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਰੋਸ ਮੁਜ਼ਾਹਰੇ ਵੀ ਹੋ ਰਹੇ ਨੇ। ਪਾਕਿਸਤਾਨ ਦੇ ਵਿੱਚ ਵੱਡੀ ਰੈਲੀ ਹੋਈ। ਇਸੇ ਤਰ੍ਹਾਂ ਮੁਰੱਕੋ ਦੀ ਰਾਜਧਾਨੀ ਰਾਬਾਟ ਦੇ ਵਿੱਚ ਵੀ ਵੱਡੀ ਪੱਦਰ ਤੇ ਲੋਕਾਂ ਨੇ ਫਲਸਤੀਨੀਆਂ ਦੀ ਹਮਾਇਤ ਵਿੱਚ ਪ੍ਰਦਰਸ਼ਨ ਕੀਤਾ। ਮਾਰਚ ਕੱਢਿਆ। ਲੋਕਾਂ ਨੇ ਫਲਸਤੀਨ ਦੇ ਝੰਡੇ ਫੜੇ ਹੋਏ ਸਨ। ਆਸਟ੍ਰੇਲੀਆ ਦੇ ਸਿਡਨੀ, ਮੈਲਬੌਰਨ, ਬ੍ਰਿਸਬਨ ਅਤੇ ਐਡਲੇਡ ਦੇ ਵਿੱਚ ਵੀ ਲੋਕਾਂ ਨੇ ਫਲਸਤੀਨ ਦੇ ਪੱਖ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤੇ। ਭਾਰਤ ਦੇ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਅਜੇ ਤਹਤ ਇਜ਼ਰਾਈਲ ਦੇ ਵਿੱਚ ਰਹਿ ਰਹੇ 471 ਹੋਰ ਭਾਰਤੀ ਮੂਲਕ ਪਰਤ ਆਏ ਨੇ। ਯਾਨੀ ਕਿ ਚਾਰ ਉਡਾਣਾਂ ਦੇ ਰਾਹੀਂ ਹੁਣ ਤੱਕ 800 ਦੇ ਕਰੀਬ ਭਾਰਤੀ ਵਾਪਸ ਵਤਨ ਪਰਤ ਆਏ ਨੇ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਮੌਜੂਦਾ ਜੰਗ ਦੌਰਾਨ 2329 ਫਲਸਤੀਨੀ ਖਤਮ ਹੋ ਚੁੱਕੇ ਨੇ ਫਲਸਤੀਨੀਆਂ ਲਈ ਗਾਜ਼ਾ ਦੀਆਂ ਪੰਜ ਜੰਗਾਂ ਚੋਂ ਇਹ ਸਭ ਤੋਂ ਵੱਧ ਮਾਰੂ ਜੰਗ ਦੱਸੀ ਜਾ ਰਹੀ ਹੈ ਜਾਂਦੇ ਜਾਂਦੇ ਅਫਗਾਨਿਸਤਾਨ ਦੀ ਵੀ ਇੱਕ ਖਬਰ ਤੁਹਾਨੂੰ ਦੱਸ ਦਿੰਨੇ ਹਾਂ ਜਿੱਥੇ ਮੌੜ ਪੁਚਾਲ ਦੇ ਝਟਕੇ ਲੱਗੇ ਨੇ ਚਾਰ ਜਣੇ ਮਾਰੇ ਗਏ ਨੇ 153 ਜ਼ਖਮੀ ਹੋਏ ਨੇ 6.3 ਸ਼ਿੱਦਤ ਵਾਲੇ ਪੁਚਾਲ ਦਾ ਕੇਂਦਰ ਹਰਾਤ ਤੋਂ 34 ਕਿਲੋਮੀਟਰ ਦੂਰ ਜ਼ਮੀਨ ਤੋਂ 8 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ ਹਫਤਾ ਪਹਿਲਾਂ ਹੀ ਅਫਗਾਨਿਸਤਾਨ ਦੇ ਵਿੱਚ ਜ਼ਬਰਦਸਤ ਮਾਰੂ ਪੁਚਾਲ ਆਇਆ ਸੀ ਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਪਿੰਡਾਂ ਦੇ ਪਿੰਡ ਇਥੇ ਜ਼ਮੀਨ ਦੋਸ ਹੋ ਗਏ ਸਨ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਕਾਂਗਰਸੀ ਲੀਡਰ ਡਾਕਟਰ ਮਨੋਹਰ ਸਿੰਘ ਗਿੱਲ ਨਹੀਂ ਰਹੇ ਕੱਲ ਪਦੰਬੀ ਪੂਸ਼ਣ ਪੁਰਸਕਾਰ ਪ੍ਰਾਪਤ ਮਨੋਹਰ ਸਿੰਘ ਗਿੱਲ ਦਾ ਦੱਖਣੀ ਦਿੱਲੀ ਦੇ ਮੈਕਸ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਪੰਜਾਬ ਕਾਡਰ ਦੇ ਸਾਬਕਾ ਆਈਐਸ ਅਧਿਕਾਰੀ ਮਨੋਹਰ ਸਿੰਘ ਗਿੱਲ 2004 ਵਿੱਚ ਕਾਂਗਰਸ ਦੀ ਟਿਕਟ ਤੇ ਰਾਜ ਸਭਾ ਦੇ ਲਈ ਵੀ ਚੁਣੇ ਗਏ ਸਨ ਉਹਨਾਂ ਦੀ ਉਮਰ 86 ਸਾਲਾਂ ਦੀ ਸੀ ਅਤੇ ਅੰਤਿਮ ਸੰਸਕਾਰ ਅੱਜ ਦਿੱਲੀ ਦੇ ਵਿੱਚ ਹੀ ਹੋਵੇਗਾ ਮਨੋਹਰ ਸਿੰਘ ਗਿੱਲ ਦੇ ਦੇਹਾਂਤ ਤੇ ਕਾਂਗਰਸ ਦੇ ਸਾਰੇ ਲੀਡਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਇਸੇ ਤਰ੍ਹਾਂ ਸ਼੍ਰੋਮਣੀ ਪੰਜਾਬੀ ਕਵੀ ਪ੍ਰੋਫੈਸਰ ਅਨੂਪ ਸਿੰਘ ਵਿਰਕ ਵੀ 76 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਰਹੇ ਵਿਰਕ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਹੀ ਆਖਰੀ ਸਾਹ ਲਏ ਨੇ ਹਾਲਾਂਕਿ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਉਹਨਾਂ ਨੇ ਪਟਿਆਲਾ ਵਿੱਚ ਗੁਜ਼ਾਰਿਆ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਵਾਲਾ ਦੇ ਪਿੰਡ ਨੱਡਾ ਦੇ ਵਿੱਚ ਹੋਇਆ ਸੀ ਉਹਨਾਂ ਨੇ ਪੰਜਾਬੀ ਸਾਹਿਤ ਪ੍ਰੇਮੀਆਂ ਦੀ ਝੋਲੀ ਵਿੱਚ ਕਈ ਕਿਤਾਬਾਂ ਪਾਈਆਂ ਤੇ ਸਾਹਿਤ ਜਗਤ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ